ਸਾਰੇ ਦਰਸ਼ਕਾਂ ਨੂੰ ਮੇਰੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਸਮੇਂ-ਸਮੇਂ ਤੇ ਪੰਜਾਬ ਦੇ ਜਾਂ ਪੰਜਾਬੀ ਸਾਹਿਤ ਨਾਲ ਜੁੜੇ ਜਿਹੜੇ ਵੀ ਕੋਈ ਸੱਜਣ ਮਿੱਤਰ ਹੈਗੇ ਜਿਨ੍ਹਾਂ ਨੇ ਬਹੁਤ ਹੀ ਤਰੀਕੇਬੱਧ ਹੋ ਕੇ ਪੰਜਾਬੀਅਤ ਲਈ ਕੰਮ ਕੀਤਾ, ਉਹ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਰਿਵੇਲ ਸਿੰਘ ਜੀ ਇਟਲੀ ਤੋਂ, ਜਿਹੜੇ ਬਹੁਤ ਚਿਰ ਤੋਂ ਇਟਲੀ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਨੇ ਤੇ ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਲਿਖਿਆ ਤੇ ਜੋ ਤੁਸੀਂ ਆਮ ਆਨਲਾਈਨ ਅਖਬਾਰਾਂ ਜਾਂ ਪ੍ਰਿੰਟ ਪੇਪਰਾਂ ਦੇ ਵਿੱਚ ਉਹਨਾਂ ਨੂੰ ਪੜ੍ਹਦੇ ਰਹਿੰਦੇ ਹੋ, ਅੱਜ ਅਸੀਂ ਦਰਸ਼ਕਾਂ ਦੇ ਨਾਲ ਉਹ ਤੁਹਾਨੂੰ ਰੂਬਰੂ ਕਰਾਵਾਂਗੇ। ਸਭ ਤੋਂ ਪਹਿਲਾਂ ਸਰਦਾਰ ਰਿਵੇਲ ਸਿੰਘ ਜੀ, ਤੁਹਾਡਾ ਪੰਜਾਬੀ ਸਾਹਿਤ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ, ਆਪ ਜੀ ਦਾ ਜੀ ਆਇਆਂ ਨੂੰ। ਤੁਹਾਡੀ ਵੀ ਬਹੁਤ ਮਿਹਰਬਾਨੀ ਜੀ, ਤੁਸੀਂ ਮੈਨੂੰ ਮੌਕਾ ਦਿੱਤਾ, ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇੱਥੇ ਵਿਦੇਸ਼ ਬੈਠੇ ਵੀ ਸਾਨੂੰ ਯਾਦ ਕਰਦੇ ਰਹਿੰਦੇ ਹੋ, ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਗੱਲਬਾਤ ਸ਼ੁਰੂ ਕਰਦੇ ਹੈਗੇ ਆ ਵੀ ਤੁਹਾਡੇ ਪਿਛੋਕੜ ਤੋਂ, ਇਹ ਸਾਨੂੰ ਇਹ ਦੱਸੋ ਕਿ ਤੁਹਾਡਾ ਪਿਛੋਕੜ ਕਿੱਥੋਂ ਹੈ, ਇਸ ਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਇਹ ਦਰਸ਼ਕਾਂ ਨਾਲ ਸਾਂਝਾ ਕਰੋ। ਮੇਰਾ ਪਿਛੋਕੜ ਪੱਛਮੀ ਪਾਕਿਸਤਾਨ ਵਿੱਚ ਜ਼ਿਲ੍ਹਾ ਗੁਜਰਾਤ ਦੇ ਪਿੰਡ ਪਖੜੇ ਵਾਲੀ ਜੀ ਵਿੱਚ ਦੇ ਨਾਲ ਸੰਬੰਧਿਤ ਹੈ ਜੀ, ਤੇ ਮੇਰਾ ਜਨਮ ਸੰਨ 1938 ਦਾ ਹੈ, ਪਿੰਡ ਪਖੜੇ ਵਾਲੀ, ਤਹਿਸੀਲ ਜ਼ਿਲ੍ਹਾ ਗੁਜਰਾਤ। ਜੀ ਉਦੋਂ ਮੈਂ ਤਕਰੀਬਨ 9 ਸਾਲ ਦਾ ਸੀ, ਚੌਥੀ ਜਮਾਤ ਪੜ੍ਹਦਾ ਸੀ ਜਿਸ ਵੇਲੇ ਇਸ ਦੇਸ਼ ਦੀ ਸਾਡੇ ਦੀ ਵੰਡ ਹੋਈ। ਠੀਕ ਹੈ। ਆਪਾਂ ਕਹਿ ਸਕਦੇ ਕਿ ਜਿਹੜਾ ਤੁਹਾਡਾ ਜਨਮ ਆ ਉਹ ਪੰਜਾਬ, ਜਿਹੜਾ ਅੱਜ ਸਾਡੇ ਨਾਲ ਨਹੀਂ ਹੈਗਾ, ਪਾਕਿਸਤਾਨ ਦੇ ਵਿੱਚ, ਉਸ ਪੰਜਾਬ ਵਿੱਚ ਤੁਸੀਂ ਪੈਦਾ ਹੋਏ, ਬਿਲਕੁਲ ਤੇ ਜੀ। ਲਿਖਣ ਦਾ ਸ਼ੌਕ ਤੁਹਾਨੂੰ ਕਦੋਂ ਤੇ ਕਿਵੇਂ ਹੋਇਆ? ਪਾਕਿਸਤਾਨ ਦੇ ਵੰਡ ਦੇ ਬਾਅਦ ਜੀ, ਜਦੋਂ ਮੈਂ ਪਾਕਿਸਤਾਨ ਤੋਂ ਇੱਧਰ ਆਏ ਹਾਂ ਤੇ ਕੋਈ ਦੇਰ ਦੇ ਵਾਸਤੇ ਮੈਂ ਆਪਣੇ ਨਾਨਕਿਆਂ ਦੇ ਕੋਲ ਰਿਹਾ, ਇੱਥੇ ਮੈਂ ਤਕਰੀਬਨ ਕਾਫੀ ਦੇਰ ਪਿੰਡ ਦੇ ਨਾਲ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਕੀਤੀ, ਤੇ ਉਦੋਂ ਇੱਥੇ ਉਰਦੂ ਜ਼ਬਾਨ ਹੀ ਹੁੰਦੀ ਸੀ। ਉਰਦੂ ਦੇ ਵਿੱਚ ਫਿਰ ਮੈਂ ਆਸਤਾ ਆਸਤਾ ਪੰਜਾਬੀ ਵੱਲ ਵੀ ਕੋਸ਼ਿਸ਼ ਕੀਤੀ, ਪੰਜਾਬੀ ਸਿੱਖੀ। ਸਿੱਖਣ ਦੇ ਬਾਅਦ ਜਦੋਂ ਮੈਂ ਗੌਰਮੈਂਟ ਸਕੂਲ 'ਚ ਗੁਰਦਾਸਪੁਰ ਪੜ੍ਹਦਾ ਸੀ ਨਾ, ਤੇ ਉਸ ਵੇਲੇ ਸਾਡੇ ਹੈੱਡਮਾਸਟਰ ਸਾਹਿਬ ਸਰਦਾਰ ਅਨੂਪ ਸਿੰਘ ਜੀ ਹੁੰਦੇ ਸੀ ਜੀ, ਜਿਹੜੇ ਪੰਜਾਬੀ ਨੂੰ ਬੜਾ ਪਿਆਰ ਕਰਦੇ ਸੀ। ਉਹਨਾਂ ਉਸ ਵੇਲੇ ਇੱਕ ਮੈਗਜ਼ੀਨ ਮੰਥਲੀ ਨਵ ਸੰਦੇਸ਼ ਚਲਾਇਆ ਜੀ। ਜੀ ਠੀਕ ਹੈ। ਜਿਸ ਵੇਲੇ ਮੇਰੀ ਪਹਿਲੀ ਰਚਨਾ ਜੀ ਉਹਦੇ ਵਿੱਚ ਉਹ ਛਪੀ, ਉਹ ਯੋਧਾ ਵੀਰ ਲਸਾਨੀ ਹੈ ਜੋ ਆਪਣੇ ਦੇਸ਼ ਲਈ ਮਰ ਸਕਦਾ, ਵਾਹ ਜੀ ਵਾਹ, ਤੇ ਪਾ ਸ਼ਹੀਦੀ ਦੇਸ਼ ਲਈ ਨਾਂ ਨੂੰ ਰੋਸ਼ਨ ਕਰ ਸਕਦਾ। ਇਸ ਮੈਨੂੰ ਕਵਿਤਾ ਲਿਖਣ ਦਾ ਸ਼ੌਕ ਪੈਦਾ ਹੋਇਆ ਤੇ ਇਹ ਹੁਣ ਤੱਕ ਜਿਹੜਾ ਇਹ ਲਗਾਤਾਰ ਵਧਦਾ ਫੁੱਲਦਾ ਪਿਆ ਜੀ। ਠੀਕ, ਜਾਣੀ ਕਿ ਉਹ ਜਿਹੜੀ ਇੱਕ ਕਵਿਤਾ ਤੁਸੀਂ ਲਿਖੀ ਆ ਉੱਥੋਂ ਤੁਸੀਂ ਤੁਰੇ ਤੇ ਅੱਜ ਲਗਾਤਾਰ ਹੀ ਤੁਰਦੇ ਆ ਰਹੇ ਹੋ ਨਾ? ਬਿਲਕੁਲ ਜੀ ਬਿਲਕੁਲ। ਇਲਾਵਾ ਹੁਣ ਤੱਕ ਤੁਸੀਂ ਇਹ ਪੰਜਾਬੀ ਸਾਹਿਤ ਲਈ ਕਿੰਨਾ ਕੁ ਲਿਖ ਚੁੱਕੇ ਹੋ? ਬਹੁਤ ਸਾਰਾ ਲਿਖਿਆ ਜੀ, ਕਿਤਾਬਾਂ ਜਿਹੜੀਆਂ ਨੇ ਉਹ 4 ਲਿਖਣ ਦੇ ਬਾਅਦ ਮੇਰਾ ਬਹੁਤਾ ਜਿਹੜਾ ਜਿਹੜੇ ਕਿਤਾਬ ਛਾਪਕ ਨੇ, ਜਿਹੜੇ ਪ੍ਰਿੰਟਰ ਨੇ, ਜਿਹੜੇ ਇਹਨਾਂ ਨਾਲ ਵਾਹ ਪਿਆ ਤੇ ਮੈਂ ਵੇਖਿਆ ਵੀ ਮੇਰੀ ਜਿਹੜੀ ਹੈ ਮਤਲਬ ਦੌੜ ਭੱਜ ਜਿਹੜੀ ਹੈ ਇਹਨਾਂ ਤੱਕ ਪਹੁੰਚਣ ਦੀ ਬਜਾਏ ਮੈਂ ਅਖਬਾਰਾਂ ਵਿੱਚ, ਮੈਗਜ਼ੀਨਾਂ ਦੇ ਵਿੱਚ ਤੇ ਕੇਂਦਰੀ ਸਭਾਵਾਂ ਦੇ ਵਿੱਚ, ਹੋਰ ਸਭਾਵਾਂ ਵਿੱਚ ਜਾਂ ਔਨਲਾਈਨ ਇੱਧਰ ਆ ਕੇ ਬਹੁਤ ਕੁਛ ਸਿੱਖਿਆ ਇੱਥੋਂ। ਮਤਲਬ ਜਿਹੜੇ ਸਾਡੇ ਫੋਨ ਨੇ, ਜਿਹੜੇ ਇੱਦਾਂ ਕੰਪਿਊਟਰ ਦੇ ਸਾਰੇ ਜਿਹੜੇ ਆ, ਹੁਣ ਤੱਕ ਮੈਂ ਪੰਜਾਬੀ ਯੂਨੀਕੋਡ ਤੱਕ ਪਹੁੰਚ ਗਿਆ ਜੀ, ਤੇ ਤਕਰੀਬਨ ਐਟਲੀਸਟ ਵਿਦੇਸ਼ ਜਾ ਕੇ ਮੈਂ 38 ਵੈਬਸਾਈਟਾਂ ਤੇ ਔਨਲਾਈਨ ਲਿਖ ਚੁੱਕਾ। ਹੁਣ ਇਸ ਵੇਲੇ ਪ੍ਰਤੀਲਿਪੀ ਹੈ ਪੰਜਾਬੀ ਇੱਕ, ਉਹਦੇ 'ਚ ਮੈਂ ਲਗਾਤਾਰ ਲਿਖਦਾ ਪਿਆ। ਹੋਰ ਨੇ ਜਰਮਨ ਵਿੱਚ ਹੈ, ਤਕਰੀਬਨ ਕੈਨੇਡਾ ਤੱਕ ਮੈਂ 4 ਮਹੀਨੇ ਕੈਨੇਡਾ ਵਿੱਚ ਵੀ ਰਹਿ ਹਾਂ ਜੀ। ਉੱਥੇ ਮੈਂ ਬਾਬਾ ਨਜ਼ਮੀ ਨੂੰ ਸੁਣਿਆ, ਇਕਬਾਲ ਮਾਲ ਨੂੰ ਵੇਖਿਆ ਸਟੇਜ ਤੇ, ਤੇ ਬੜਾ ਸੋਹਣਾ ਸਮਾਂ ਬਤੀਤ ਕਰਦੇ ਕਰਦੇ ਮੈਂ ਇਹਨਾਂ ਜਿਸਾ ਤੁਹਾਨੂੰ ਪਤਾ ਹੀ ਹੈ ਸਾਹਿਤ ਸੁਰ ਸੰਗਮ ਸਭਾ ਜਿਹੜੀ ਹੈ ਵਿਸ਼ਾਲ ਵਿਆਸ ਦੇ ਵੇਲੇ ਇੱਥੇ ਵਜੂਦ ਚ ਆਈ ਜੀ ਜੀ, ਤੇ ਉਹਦੇ ਵਿੱਚ ਮੈਂ ਬਤੌਰ ਜਿਹੜਾ ਸਰਪ੍ਰਸਤ ਦੀ ਸੇਵਾ ਨਿਭਾਈ ਜੀ। ਬਿਲਕੁਲ। ਪਿੱਛੇ ਪੰਜਾਬ ਦੇ ਵਿੱਚ ਦੀਵਾਨ ਸਿੰਘ ਮਹਿਰਮਨ ਸਾਹਿਤ ਸਭਾ ਹੈ ਨਵਾਂ ਸ਼ਾਲਾ ਗੁਰਦਾਸਪੁਰ, ਓਕੇ, ਉਹਦਾ ਵੀ ਮੈਂ ਸਰਪ੍ਰਸਤ ਹਾਂ, ਪ੍ਰਧਾਨਗੀ ਤੋਂ ਲੈ ਕੇ ਮੈਂਬਰੀ ਤੋਂ ਲੈ ਕੇ ਤੇ ਮੈਂ ਸਰਪ੍ਰਸਤ ਤੱਕ ਪਹੁੰਚਾ ਉੱਥੇ ਜੀ। ਮੈਂ ਉਹਨੂੰ ਵੀ ਗੱਲ ਕਹੀ ਹੈ, ਪ੍ਰਧਾਨ ਸਾਹਿਬ ਨੂੰ ਮਿਲਿਆ, ਮੈਂ ਹੁਣ ਵਿਦੇਸ਼ ਰਹਿਣਾ ਤੇ ਮੈਨੂੰ ਸਰਪ੍ਰਸਤ ਜਿਹੜੀ ਹੈ
ਇਹਦੀ ਬਜਾਇ ਤੁਸੀਂ ਕੋਈ ਹੋਰ ਚੁਣ ਲਓ, ਉਹ ਮੰਨਦੇ ਨਹੀਂ ਇਸ ਗੱਲ ਨੂੰ। ਠੀਕ ਹੈ ਨਾ। ਉਹ ਕਹਿੰਦੇ ਵੀ ਤੁਸੀਂ ਸਾਨੂੰ ਯੋਗਦਾਨ ਜਿਹਾ ਸਾਡਾ ਇੱਥੇ ਪਾਈ ਜਾਓ ਤੇ ਇਹ ਬਰਕਰਾਰ ਹੈ ਹੁਣ ਤੱਕ ਜੀ। ਕਹਿੰਦੇ ਇਸ ਵਾਰ ਲੇਖਕ ਜਿਹੜੀ ਲੁਧਿਆਣਾ ਜਿਹੜੀ ਹੈ ਨਾ, ਹਾਂਜੀ, ਉਹਦਾ ਮੈਂ ਲਾਈਫ ਮੈਂਬਰ ਹਾਂ, ਉਹਨਾਂ ਦੇ ਲਾਈਫ ਮੈਂਬਰ। ਠੀਕ ਹੈ ਲਾਈਫ ਜੀ, ਮੈਂਬਰ ਹਾਂ। ਜਿਹੜਾ ਠੀਕ ਸਾਡੇ ਜਨਿਆਲੇ ਵਾਲੇ ਨੇ ਕੁਲਦੀਪ ਅਰਸ਼ੀ, ਜੀ, ਮੈਗਜ਼ੀਨ ਤੇ ਮਾਸਕ ਸ਼ਬਦ ਹੈ ਇੱਕ ਰਾਹ ਦਸੇਰਾ, ਰਾਤ ਸਰ, ਹਾਂਜੀ ਉਹਦਾ ਲਾਈਫ ਲਾਈਫ ਮੈਂਬਰ ਉਹਦਾ ਵਾ। ਜੀ, ਠੀਕ ਹੈ। ਤੇ ਬਾਕੀ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪੁਰਾਣੇ ਲੇਖਕ ਨੇ ਜਿਹੜੇ ਹੁਣ ਇਸ ਸੰਸਾਰ 'ਚ ਨਹੀਂ ਤੇ ਕੁਝ ਹਾਂਜੀ ਹੈ ਵੀ ਨੇ, ਜੀ, ਉਹਨਾਂ ਦੇ ਨਾਲ ਮੈਂ ਬਿਲਕੁਲ ਰੂਬਰੂ ਕੋਲ ਬੈਠ ਕੇ ਬਹੁਤ ਸਾਰੇ ਉਹਨਾਂ ਦੇ ਦਰਸ਼ਨ ਕੀਤੇ ਹੈ। ਇਹ ਮੈਨੂੰ ਮਾਣ ਹੈ ਪ੍ਰਿੰਸੀਪਲ ਸੁਜਾਨ ਸਿੰਘ ਜੀ ਵਰਗੇ, ਇਹ ਆਪਣੇ ਸ੍ਰੀ ਗੁਰਬਖਸ਼ ਸਿੰਘ ਵਰਗੇ, ਨਵਤੇਜ ਸਿੰਘ ਵਰਗੇ, ਹੋਰ ਜਿਹੜੇ ਨੇ ਦੀਵਾਨ ਸਿੰਘ ਮਹਿਰਮ, ਜੁਮਨ ਸਾਹਿਬ, ਸਾਡੇ ਇੱਕ ਜਨਕ ਰਾਜ ਸਰਾਫ ਨੇ ਗੁਰਦਾਸਪੁਰ ਦੇ ਵਿੱਚ, ਹੁਣ ਹਾਂਜੀ, ਐਸੇ ਨਹੀਂ ਵੈਸੇ, ਉਹ ਉਰਦੂ ਦੇ ਨੇ, ਆਬਸ਼ਾਰ ਲਿਖੀ ਕਿਤਾਬ ਉਹਨਾਂ ਨੇ, ਆਬਸ਼ਾ, ਠੀਕ ਹੈ, ਆਬਸ਼ਾਰ ਹੈ, ਉਹਦਾ ਵਿੱਚ ਪੰਜਾਬੀ ਟ੍ਰਾਂਸਲੇਸ਼ਨ ਚ ਗੁਰਦਾਸਪੁਰ ਦੇ ਪ੍ਰੀਤਮ ਸਿੰਘ ਦਰਦੀ ਨੇ ਕੀਤਾ ਹੈ। ਓਕੇ, ਠੀਕ ਹੈ ਨਾ, ਤੇ ਇਸ ਸੰਬੰਧ ਬਹੁਤ ਸਾਰੀ ਸਭਾਵਾਂ ਚ ਹੁਣ ਤੱਕ ਇਹ ਕੰਮ ਕਰ ਸ਼ਿਕਾ ਹੈ ਚੁੱਕੇ। ਸਭਾਵਾਂ ਵਿੱਚ ਵਿਚਰਨ ਦਾ, ਵੀ ਮੈਂ ਹੁਣ ਤੱਕ ਇਸ ਸਟੇਜ ਤੇ ਇਹਨਾਂ ਸਾਡੇ ਲੇਖਕ ਜਿਹੜੇ ਮੇਰੇ ਦੋਸਤ ਸਾਥੀ ਨੇ, ਇਹਨਾਂ ਦੀ ਵਜ੍ਹਾ ਦਿਨ ਕਰਕੇ, ਇਹਨਾਂ ਚੰਗੇ ਸਾਥ ਕਰਕੇ, ਚੰਗੀ ਸੰਗਤ ਕਰਕੇ, ਮੈਂ ਹੁਣ ਬਹੁਤ ਅੱਛੀ ਤਰ੍ਹਾਂ ਜਿੰਨਾ ਕੁ ਮੈਂ ਜਿੰਨੇ ਯੁੱਗ ਹੈਗਾ ਵਾਂ, ਉਹਨਾਂ ਮਾੜਾ ਮੋਟਾ ਪੰਜਾਬੀ ਮਾਂ ਦੀ ਬੋਲੀ ਜਿਹੜੀ ਸਾਡੀ ਹੈ ਇਹਦੀ ਵਿਸ਼ੇਸ਼ਤਾ ਪਾ ਰਿਹਾ ਜੀ। ਜੀ, ਬਹੁਤ ਵਧੀਆ। ਤੇ ਹੁਣ ਤੱਕ ਤੁਸੀਂ ਪੰਜਾਬੀ ਸਾਹਿਤ ਦੀ ਝੋਲੀ 'ਚ ਕਿੰਨੀਆਂ ਕੁ ਪੁਸਤਕਾਂ ਪਾ ਚੁੱਕੇ ਹੋ? 4 ਪੁਸਤਕਾਂ ਲਿਖੀਆਂ ਨੇ ਜੀ ਮੈਂ। 4 ਪੁਸਤਕਾਂ, ਹਾਂ ਜੀ, ਠੀਕ ਹੈ। ਤੇ ਜਿਸ ਚ ਆਪਣੇ ਸ਼ਬਦਾਂ ਦੇ ਹਾਰ ਹੈ, ਸ਼ਬਦਾਂ ਦੇ ਹਾਰ, ਬਾਬ ਸ਼ਹੀਦ ਬੀਬੀ ਸੁੰਦਰੀ ਹੈ, ਜੀ, ਇੱਕ ਸੰਤ ਮਹਾਤਮਾ ਦਾ ਜੀਵਨ ਬਿਰਤਾਂਤ ਹੈ ਬਾਬਾ ਢਿਡਵਾਣਾ, ਓਕੇ, ਠੀਕ ਇੱਕ ਕਿਤਾਬ ਹੋਰ ਹੈ ਚੌਥੀ ਹੈ ਜੀ। ਇਹ 4 ਕਿਤਾਬਾਂ ਜਿਹੜੀਆਂ ਨੇ ਬਹੁਤ ਆਪਣੇ ਮੈਂ ਚੰਗੇ ਵੇਲੇ ਦੇ ਨਾਲ ਜਦੋਂ ਮੈਂ ਲਿਖਣ ਦੇ ਵਿੱਚ ਮੈਂ ਸਰਗਰਮ 'ਚ ਲਿਖੀ ਹਾਂ, ਤੇ ਹੁਣ ਇਸ ਵੇਲੇ ਮਤਲਬ ਜੋ ਕੁਝ ਲਿਖਣਾ ਵਾ ਮੈਂ ਵੈਬਸਾਈਟ ਨੂੰ ਲਿਖਣ ਵਾਸਤੇ ਭੇਜ ਦਿੰਦਾ, ਸ਼ਬਦੀਆਂ ਨੇ ਤੇ ਜੀ ਮੈਨੂੰ ਬੜਾ ਬਿਲਕੁਲ, ਮਾਣ ਦਿੰਦੇ ਆ। ਜੀ ਬਿਲਕੁਲ। ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਹੁਣ ਤੱਕ ਵਾਰਤਕ ਦੀਆਂ 2 ਕਿਤਾਬਾਂ ਵਾਰਤਕ ਦੀਆਂ ਲਿਖੀਆਂ ਹੈਗੀਆਂ। ਵਾਰਤਕ ਵਿੱਚ ਹੀ ਹੈ, ਕਵਿਤਾ ਵਿੱਚ ਵੀ ਹੈ ਜੀ। ਠੀਕ ਹੈ। ਹੁਣ ਤੇ ਮੈਂ ਮੇਰੀ ਕੋਸ਼ਿਸ਼ ਵੀ ਮਿੰਨੀ ਕਹਾਣੀਆਂ ਦੀ ਮੇਰੇ ਕੋਲ ਕਾਫੀ ਨੇ, ਅੱਛਾ ਤੇ ਜੀਵਨੀਆਂ ਨੇ ਉਹ ਸਾਰੀਆਂ ਲਿਖਾਂ, ਪਰ ਜੀ, ਹੁਣ ਜਿਹੜੀ ਹੈ ਏਜ ਦੇ ਮੁਤਾਬਕ, ਹੁਣ ਕਿਉਂਕਿ ਏਡੀ 83 ਸਾਲ ਦੀ ਉਮਰ ਹੋ ਗਈ ਹੈ, ਬਿਲਕੁਲ, ਹਾਂਜੀ ਹਾਂਜੀ, ਦੌੜ ਭੱਜ ਨਹੀਂ ਹੁੰਦੀ ਨਹੀਂ ਦੌੜ ਬੱਚਿਆਂ ਦੇ ਭੱਜ ਕੋਲ, ਨਹੀਂ, ਰਹਿ ਰਿਹਾ ਤੇ ਕੋਸ਼ਿਸ਼ ਕਰਨਾ ਵੀ ਮਤਲਬ ਮੈਨੂੰ ਯਾਦ ਆਇਆ ਮੈਨੂੰ ਗੱਲ ਤੀਰ ਸਾਹਿਬ ਦਾ, ਸੰਤੋਖ ਸਿੰਘ ਤੀਰ, ਉਦੋਂ ਹਾਂਜੀ ਜਦੋਂ ਮੈਂ ਗੁਰਦਾਸਪੁਰ ਸੀ ਜੀ, ਤੇ ਜਲੰਧਰ ਵਿੱਚ ਇੱਕ ਮੈਂ ਬੱਸ ਸਟੈਂਡ 'ਚ ਜਾਣ ਵਾਸਤੇ ਆਟੋ 'ਚ ਬੈਠਾ ਸੀ, ਅੱਛਾ ਜੀ, ਤੇ ਉਸੇ ਸਮੇਂ ਸੰਤੋਖ ਧੀਰ ਸਾਹਿਬ ਨੇ ਇੱਕ ਕਹਾਣੀ ਲਿਖੀ ਕਾਲਾ ਬੈਗ, ਤਾਲਾ ਬੈਗ, ਠੀਕ ਹੈ, ਕਾਲਾ ਬੈਗ ਲਿਖੀ ਤੇ ਮੈਂ ਉਹਨੂੰ ਪਛਾਣ ਲਿਆ ਆਟੋ 'ਚ। ਹਾਂਜੀ, ਮੈਂ ਕਿਹਾ ਧੀਰ ਸਾਹਿਬ ਤੁਸੀਂ ਉਹ ਕਾਲੇ ਬੈਗ ਵਾਲੇ ਧੀਰ ਸਾਹਿਬ ਦੇ ਨਹੀਂ? ਤੇ ਮੈਨੂੰ ਘੁੱਟ ਕੇ ਜਫੀ ਪਾ ਲਈ ਉਹਨਾਂ ਨੇ, ਠੀਕ ਹੈ, ਕਹਿੰਦੇ ਤੁਸੀਂ ਕਿੱਥੋਂ ਪੜ੍ਹਿਆ ਸੀ? ਮੈਂ ਕਿਹਾ ਮੈਂ ਤੁਹਾਡਾ ਮੈਗਜ਼ੀਨ ਤੁਹਾਡੀ ਕਿਤੇ ਕਹਾਣੀ ਪੜ੍ਹੀ ਹੈ, ਬੜਾ ਖੁਸ਼ ਹੋਇਆ। ਠੀਕ ਹੈ ਨਾ, ਅੱਜ ਉਹ ਸੰਸਾਰ 'ਚ ਨਹੀਂ ਵੈਸੇ, ਪਰ ਮੈਂ ਇਹੋ ਜਿਹੀ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਨਾ, ਜਿਹੜੀਆਂ ਜੀ, ਉਹਨਾਂ ਨੂੰ ਮਾਣਿਆ ਖੂਬ, ਉਹਨਾਂ ਦੀ ਸੰਗਤ ਮਾਣੀ ਹੈ, ਬਿਲਕੁਲ ਬਿਲਕੁਲ, ਗੁਰੂ ਹੋਏ ਆ। ਠੀਕ ਹੈ ਨਾ, ਦੇਖੋ ਸ਼ਿਵ ਕੁਮਾਰ ਬਟਾਲਵੀ, ਬਿਰਹੋਂ ਦੇ ਸੁਲਤਾਨ ਜਿਹਨੂੰ ਆਪਾਂ ਕਹਿੰਦੇ ਹਾਂ, ਬਿਲਕੁਲ, ਇਹ ਮੇਰੀ ਕਲਾਸ ਫੈਲੋ ਸੀ, ਹਾਂ, ਠੀਕ ਹੈ ਜੀ, ਠੀਕ ਹੈ, ਅਸੀਂ ਤੁਹਾਡੇ ਕਲਾਸ ਇਕੱਠਿਆਂ ਤੋਂ, ਪਰਿਵਾਰਵਾਸ ਕੀਤੀ, ਠੀਕ ਹੈ, ਤੇ ਸ਼ਿਵ ਕੁਮਾਰ ਬਹੁਤ ਸੋਹਣਾ ਬੰਦਾ ਸੀ, ਜੀ, ਜਿੰਨਾ ਉਹ ਸੋਹਣਾ ਲਿਖਦਾ ਸੀ ਨਾ ਉਨਾ ਹੀ ਉਹ ਸੋਹਣਾ ਸੀ। ਮੈਂ ਜਦੋਂ ਉਹਦੇ ਕੋਲ ਗਿਆ ਨਾ, ਉਹਦੀ ਸ਼ਕਲ ਵੇਖ ਕੇ ਇੰਨਾ ਮੁਤਾਸਰ ਹੋਇਆ ਵੀ ਮੈਂ ਸਭ ਤੋਂ ਪਹਿਲਾਂ ਕਹਿਰੂ ਸਰਕਾਰ ਦੇ ਵੇਲੇ ਬਟਾਲੇ ਵਿੱਚ ਮੈਂ ਉਹਨੂੰ ਸੁਣਿਆ, ਜੀ, ਉਸ ਚੀਜ਼ ਤੇ ਬਾਬੇ ਨਾਨਕ ਗੁਰੂ ਨਾਨਕ ਦੇ ਵਿਆਹ ਤੇ ਉਹਦੀ ਕਵਿਤਾ ਸੀ, ਸਹੀ ਉਹ ਨਹੀਂ ਉਹ ਭੁੱਲ ਨਹੀਂ ਸਕਦਾ ਉਹ ਜਗਤ ਰਾਵਣ ਹਾਰਾ, ਹਾਂ, ਇਹ ਗੀਤ ਉਹਨੇ ਉਦੋਂ ਲਿਖਿਆ ਉਸ ਸੰਦਰਭ ਚ ਗੁਰੂ ਨਾਨਕ ਸਾਹਿਬ ਵਹੀ ਚਲੇ ਜਾਂਦੇ ਆ ਤੇ ਵੀ ਬੇਬੇ ਨਾਨਕੀ ਦੀਆਂ ਸਹੇਲੀਆਂ ਜਾ ਕੇ ਕਹਿੰਦੀਆਂ ਉਹਨੂੰ ਵੀ ਤੇਰਾ ਵੀਰ ਵਹੀ ਚ ਡੁੱਬ ਗਿਆ, ਤੇ ਬੇਬੇ ਨਾਨਕੀ ਕਹਿੰਦੀ ਹੈ ਸਹੀ ਉਹ ਨਹੀਂ ਉਹ ਡੁੱਬ ਨਹੀਂ ਸਕਦਾ
ਉਹ ਬਿਲਕੁਲ ਜਗਤ ਜੀ ਤਰਾਵਣਹਾਰਾ। ਜੀ ਜੀ ਇਹ ਸ਼ਬਦ ਸੁਣ ਕੇ ਨਾ, ਇਹ ਗੀਤ ਸੁਣ ਕੇ ਤੇ ਕੈਰੋਂ ਸਾਹਿਬ ਨੇ ਸ਼ਿਵ ਨੂੰ ਆਪਣੀ ਜੁਫੀ ਚ ਲੈ ਲਿਆ ਹਾਂਜੀ ਔਰ ਇਹ ਕਿਹਾ ਵੀ ਬੜੇ ਮਾਣ ਨਾਲ ਕਿਹਾ ਨਾ ਵੀ ਇਹ ਨੌਜਵਾਨ ਜਿਹੜਾ ਨਾ ਇਹਦੀ ਇਹ ਬਹੁਤ ਦੂਰ ਤੱਕ ਪਹੁੰਚੇਗਾ ਲਿਖਤ ਦੇ ਵਿੱਚ। ਠੀਕ ਹੈ ਨਾ। ਵਾਕਿਆ ਉਹ ਗੱਲ ਸਾਬਤ ਹੋਈ ਹਾਂਜੀ ਹਾਂਜੀ, ਅਮਰ ਹੋ ਗਏ ਉਹ। ਠੀਕ ਸ਼ਿਵ ਕੁਮਾਰ ਨੂੰ ਮੈਂ ਇੱਕ ਵਾਰ ਕਿਤੋਂ ਆ ਰਿਹਾ ਸੀ ਤੇ ਬੱਸ ਦੀ ਅਗਲੀ ਸੀਟ ਤੇ ਬੈਠਾ ਸੀ ਅੱਛਾ ਜੀ ਤੇ ਮੈਂ ਉਹਨੂੰ ਇਹਦੀ ਸ਼ਖਸੀਅਤ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਵੀ ਯਾਰ ਇਹ ਜਿੰਨਾ ਸੋਹਣਾ ਆਦਮੀ ਆ ਇੰਨੀਆਂ ਸੋਹਣੀਆਂ ਰਚਨਾਵਾਂ ਦੀਆਂ। ਉਹਦਾ ਤੇ ਛੋਟਾ ਭਰਾ ਦਵਾਰਕਾ ਦਾਸ ਮੇਰਾ ਨਾ ਮੇਰਾ ਪਟਵਾਰੀ ਬਟਾਲੇ ਸੀ ਅੱਛਾ ਜੀ ਕਾਫੀ ਦੇਰ ਰਿਹਾ। ਇਹਦੇ ਪਿਤਾ ਜੀ ਜਿਹੜੇ ਨਾ ਪੰਡਿਤ ਕ੍ਰਿਸ਼ਨ ਗੋਪਾਲ ਜੀ ਉਹ ਹਾਂਜੀ ਵੀ ਇੱਦਾਂ ਦੇ ਸੋਹਣੇ ਸੀ ਠੀਕ ਹੈ ਨਾ। ਤੇ ਇਹ ਉਹਨਾਂ ਦੇ ਉੱਤੇ ਸੀ ਤੇ ਬਟਾਲੇ ਅੱਜ ਤੱਕ ਪਿੰਡ ਦੀ ਕੁੱਟੀ ਵਾਲੀ ਵਾਲ ਰੋਡ ਤੇ ਹੈ ਘਰ ਵਿੱਚ ਹੈ ਤੇ ਜਦੋਂ ਜਾਈਏ ਤੇ ਉਹ ਬਿਲਕੁਲ ਹੂਬਹੂ ਜਿਹੜੀ ਹੈ ਸ਼ਰੀਰ ਸ਼ਕਲ ਜਿਹੜੀ ਹੈ ਮੇਰੀਆਂ ਅੱਖਾਂ ਸਾਹਮਣੇ ਸਾਹਮਣੇ ਆ ਜਾਂਦੀ ਹੈ। ਸਾਹਮਣੇ ਆ ਜਾਂਦੀ ਹੈ। ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਸ਼ਿਵ ਦੇ ਨਾਲ ਕੁਝ ਸਮਾਂ ਬਿਤਾਉਣ ਦਾ ਤੁਹਾਨੂੰ ਮੌਕਾ ਮਿਲਿਆ, ਹਾਂਜੀ ਕੀ ਕੋਈ ਇਦਾਂ ਦੀ ਤੁਹਾਡੇ ਮਨ ਵਿੱਚ ਹੈ ਕੋਈ ਉਹ ਜਿਹੜੀ ਯਾਦ, ਜਿਹੜੀ ਕੋਈ ਲੱਗਦੀ ਹੋਵੇ ਕਿ ਇਹ ਸਾਂਝੀ ਕਰਨੀ ਚਾਹੁੰਦੇ ਜਿਹੜੀ ਸ਼ਿਵ ਦੇ ਨਾਲ ਰਿਲੇਟਡ ਹੋਵੇ? ਬਿਲਕੁਲ ਜੀ ਗੱਲ ਇਸ ਤਰ੍ਹਾਂ ਹੈ ਵੀ ਇੱਕ ਵਾਰ ਦੀ ਗੱਲ ਹੈ ਵੀ ਅਨਾਉਂਸਮੈਂਟ ਹੋਈ ਵੀ ਕੋਈ ਸ਼ਿਵ ਦੀ ਜਿਹੜੀ ਆਪਣੀ ਗਾਈ ਰਚਨਾ ਕੋਈ ਕਿਤੋਂ ਪਤਾ ਕਰੇ ਕੋਈ। ਹਾਂਜੀ ਇਹ ਰਚਨਾ ਫਿਰ ਜੰਮੂ ਰੇਡੀਓ ਸਟੇਸ਼ਨ ਤੋਂ ਲੱਭੀ। ਅੱਛਾ ਜੀ ਉਹ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਜੀ 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 ਕੜਨ ਨਦੀਓ ਵਿਛੜੇ ਨੀਰਾਂ ਦਾ। ਨੀਰਾਂ ਦਾ ਜੀ ਉਹ ਜਦੋਂ ਫਿਰ ਇਹ ਸ਼ਾਇਦ 65 ਜਾਂ 70 ਦੀ ਲੜਾਈ ਵੇਲੇ ਸਟੇਜ ਤੇ ਇੱਕ ਜਦੋਂ ਸ਼ਿਵ ਨੇ ਗਾਈ ਏ ਹਾੜਾ ਵੇ ਕਲਮਾ ਵਾਲਿਓ ਹਾਂਜੀ ਹਾੜਾ ਵੇ ਕਲਮਾ ਵਾਲਿਓ ਜੀ ਜੀ ਤੁਸੀਂ ਮੰਨਣਾ ਨਹੀਂ ਮੈਂ ਲੋਕ ਰੋਂਦੇ ਵੇਖੇ ਉੱਥੇ ਅੱਛਾ ਜੀ, ਉਹਨਾਂ ਦੀ ਇਹ ਕਵਿਤਾ ਸੁਣ ਕੇ ਹੈ। ਨਹੀਂ ਭਾਵਕ ਹੋਏ ਲੋਕ ਠੀਕ ਹੈ ਠੀਕ ਹੈ ਜੀ ਜੀ ਗਾਣਾ ਸੀ ਨਾ ਉਦੋਂ ਝੂਮਦਾ ਸੀ ਨਾ ਜੇਲੇ ਬਜਤ ਵੀ ਚਾਹੁੰਦਾ ਸੀ ਨਾ ਉਹਦਾ ਕੋਈ ਸੀਨ ਵੇਖਣ ਵਾਲਾ ਹੁੰਦਾ ਸੀ। ਜੀ 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 ਬਿਲਕੁਲ। ਅੱਜ ਵੀ ਜੇਕਰ ਉਹਨਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਉਹਨਾਂ ਦਾ ਜਿਹੜਾ ਸਾਹਿਤ ਆ ਉਹ ਜਦੋਂ ਪੜ੍ਹ ਕੇ ਬੰਦਾ ਆਪਣੇ ਆਪ ਵਿੱਚ ਹੀ ਬਈ ਮਾਣ ਜਿਹਾ ਮਹਿਸੂਸ ਕਰਦਾ ਕਿ ਬਿਲਕੁਲ ਬਿਲਕੁਲ ਜਿਹਨੂੰ ਸੁਰਗ ਦਾ ਝੂਟਾ ਕਹਿੰਦੇ ਉਹ ਲੱਗਦਾ ਵੀ ਸੁਰਗ ਦਾ ਝੂਟਾ ਆ ਗਿਆ। ਬਿਲਕੁਲ ਬਿਲਕੁਲ ਉਸੇ ਵੇਲੇ ਦੀਵਾਨ ਸਿੰਘ ਮਹਿਰਮ ਜਿਹਦੀ ਸਭਾ ਹੈਗੀ ਹੁਣ ਹਾਂਜੀ ਮਹਿਰਮ ਸਭਾ ਨਵਾਂਸ਼ਾਲਾ ਜੀ ਇਹ ਬਿਲਕੁਲ ਉਦੋਂ ਸਟੇਜੀ ਕਵੀਆਂ ਦਾ ਸਮਾਂ ਸੀ ਜੀ ਜੀ ਤੇ ਉਦੋਂ ਆਮ ਤੌਰ ਤੇ ਜੁਮਨ ਵੇਖੋ ਇਹ ਤਿੰਨ ਨੇਤਰਹੀਨ ਜਿਹੜੇ ਸਾਡੇ ਸ਼ਾਇਰ ਨੇ ਨਾ ਉਹ ਮੇਰੇ ਨੋਟਿਸ ਵਿੱਚ ਨੇ ਜੀ ਸਾਡੀ ਕੇਂਦਰੀ ਲੇਖ ਸਭਾ ਦੇ ਜਿਹੜੇ ਪ੍ਰਧਾਨ ਸੀ ਨਾ ਐਸ ਤਰਸੇਮ ਇਸ ਤਰ੍ਹਾਂ ਜੀ ਉਹ ਨੇਤਰਹੀਨ ਸੀ ਉਹ ਨਿਤਰਿੰਦ ਠੀਕ ਹੈ ਔਰ ਜਿਸ ਵੇਲੇ ਉਹ ਸਟੇਜ ਤੇ ਕਵਿਤਾ ਬੋਲਦੇ ਸੀ ਨਾ ਕੋਈ ਸ਼ਬਦ ਜੀ ਵੇਖ ਨਹੀਂ ਸਕਦਾ ਵੀ ਇਹਦੇ ਕੰਨਾਂ ਹੋ ਗਏ ਗੋਪਾਲ ਹਾਂ ਕੋ ਜਜ਼ਬਾ ਦਾਸ ਗੋਪਾਲ ਇੱਕ ਹਾਸਰਸ ਕਵੀ ਹੋਇਆ ਬਟਾਲੇ ਦੇ ਹਾਂਜੀ ਉਹ 5 ਰੁਪਏ ਦੇ ਨੋਟ ਦੀ ਕਵਿਤਾ ਉਹਦੀ ਸੁਣਨ ਵਾਲੀ ਸੀ ਕਿ ਜਦੋਂ ਰੇਡੀਓ ਸਟੇਸ਼ਨ ਤੇ ਜਾਂਦੇ ਆ ਤੇ ਉਹ 5 ਰੁਪਏ ਦਾ ਨੋਟ ਜੀ ਉਹਦੀ ਜੇਬ ਚੋਂ ਅੱਗੇ ਪਿੱਛੇ ਕਿਤੇ ਹੋ ਜਾਂਦਾ ਹੈ। ਇੱਕ ਉਹ ਸੀ ਐਸ ਤਰਸੇਮ ਤੇ ਇੱਕ ਕਸ਼ੇਲ ਸਾਹਿਬ ਕਿਰਪਾਲ ਸਿੰਘ ਕਸ਼ੇਲ ਜੀ ਇਹ ਮੇਰੇ ਹੁੰਦਿਆਂ ਗਵਰਨਮੈਂਟ ਸਕੂਲ ਦੇ ਵਿੱਚ ਜਦੋਂ ਇਹ ਸਾਡਾ ਸਕੂਲ ਗਵਰਨਮੈਂਟ ਸਕੂਲ ਕਾਲਜ ਬਣ ਗਿਆ ਉਦੋਂ ਉੱਥੇ ਪ੍ਰੋਫੈਸਰ ਸੀ ਇਹ ਓਕੇ ਠੀਕ ਹੈ ਨਾ ਤੇ ਮੈਂ ਇਹਨਾਂ ਸਾਰਿਆਂ ਨੂੰ ਸੁਣਿਆ। ਇੱਕ ਨਾ ਮੈਂ 1960 ਵਿੱਚ ਮਹਿਕਮਾ ਨਹਿਰ ਦੇ ਰੈਗੂਲੇਸ਼ਨ ਦੇ ਵਿੱਚ ਜਦੋਂ ਲੱਗਿਆ ਸੀ ਤੇ ਮੈਨੂੰ ਗੁਰਬਖਸ਼ਿੰਗ ਕੋਲ ਜਾਣ ਦਾ ਮੌਕਾ ਮਿਲਿਆ ਪ੍ਰੀਤ ਲੜੇ ਵਾਲਿਆਂ ਕੋਲ ਪ੍ਰੀਤ ਲੜੀ ਠੀਕ ਹੈ ਮੈਂ ਉਹਦੀ ਸ਼ਖਸੀਅਤ ਦੇਖੀ ਹੈ ਨਵਤੇਜ ਵੇਖਿਆ ਉੱਥੇ ਮੈਂ ਓਕੇ ਤੇ ਮੈਂ ਉਹਨਾਂ ਦੀ ਬਦੌਲਤ ਇਹੋ ਜਿਹੇ ਬੰਦਿਆਂ ਦੇ ਜਿਹੜੇ ਸਾਥ ਨੇ ਚੰਗੇ ਸਾਥ ਦਿੱਤੇ ਮੈਨੂੰ ਹਾਂਜੀ ਯਾਦ ਆਉਂਦੇ ਆ ਤੇ ਮੇਰੇ ਕੋਲ ਉਹਨਾਂ ਦੀ ਯਾਦ ਦੇ ਵਿੱਚ ਆਮ ਮਾਰੇ ਕੋਈ ਨਾ ਕੋਈ ਅੱਖਰ ਨਿਕਲ ਜਾਂਦੇ ਆ। ਠੀਕ ਹੈ ਨਾ। ਤੇ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਨਾਲ ਵਿਚਰਨ ਦਾ ਤੁਹਾਨੂੰ ਮੌਕਾ ਮਿਲਿਆ, ਇਸ ਤੋਂ ਹਾਂਜੀ ਇਲਾਵਾ ਮੇਰਾ ਸਵਾਲ ਇਹ ਹੈ ਕਿ ਤੁਸੀਂ ਮਹਿਰਮ ਸਭਾ ਗੁਰਦਾਸਪੁਰ ਵਿੱਚ ਵੀ ਐਜ਼ ਏ ਪ੍ਰਧਾਨ ਜਾਂ ਸਰਪ੍ਰਸਤ ਹੁਣ ਤੁਸੀਂ ਕੰਮ ਕਰਦੇ ਰਹੇ ਹੋ, ਤੇ ਇਹਨਾਂ ਤੋਂ ਇਲਾਵਾ ਬਹੁਤੇ ਸਮੇਂ ਤੋਂ ਤੁਸੀਂ ਯੂਰਪ ਵਿੱਚ ਜ਼ਿੰਦਗੀ ਬਸਰ ਕਰ ਰਹੇ ਹੋ, ਇੱਥੇ ਵੀ ਤੁਸੀਂ ਦੱਸਿਆ ਕਿ ਸਾਹਿਤ ਸੁਰ ਸੰਗਮ ਸਭਾ ਦੇ ਐਜ਼ ਏ ਸਰਪ੍ਰਸਤ ਵੀ ਕੰਮ ਕੀਤਾ ਤੇ ਹਾਂਜੀ ਹੋਰਾਂ ਸੰਸਥਾਵਾਂ ਨਾਲ ਵੀ ਤੁਸੀਂ ਟਾਈਮ ਟੂ ਟਾਈਮ ਜੁੜੇ ਰਹੇ, ਇਹ ਇਹਨਾਂ ਭਾਰ ਜਿਹੜੇ ਪੰਜਾਬ ਵਿੱਚ ਸੰਸਥਾਵਾਂ ਜਾਂ ਬਾਹਰਲੀਆਂ ਸੰਸਥਾਵਾਂ ਇਹਨਾਂ ਵਿੱਚ ਕੀ ਫਰਕ? ਫਰਕ ਹੈ ਜੀ ਵੀ ਇਹ ਲੋਕ ਜਿਹੜੇ ਨਾ ਜਿਹੜੇ ਸਾਡੇ ਉੱਧਰ ਦੇ ਪੰਜਾਬ ਦੇ ਲੋਕ ਨਾ
ਉਹ ਲੋਕੀ ਆਪਣੇ ਕੰਮ ਕੁੰਮ ਕਰਦੇ ਕਰਦੇ ਉਹਨਾਂ ਦੇ ਕੋਲ ਸੁਭਾਵਾਂ ਵੀ ਜਾਣਾ ਲੱਭਣਾ ਸੌਖਾ ਹੋ ਜਾਂਦਾ ਹੈ। ਠੀਕ ਹੈ ਉਹ ਲਿਖਣ ਵਿੱਚ ਵੀ ਸੌਖੇ ਨੇ। ਇਹ ਜੀ ਜਿਹੜੇ ਲੋਕ ਨੇ ਮਸ਼ੀਨਾਂ ਨਾਲ ਘੁਲਦੇ ਲੋਕ ਨੇ, ਜੀ ਫਿਰ ਵੀ ਮੈਂ ਧੰਨ ਲੋਕ ਨੇ ਇਹ ਜਿਹੜੇ ਆਪਣਾ ਸਮਾਂ ਕੱਢਦੇ ਆ ਤੇ ਏਡੀ ਏਡੀ ਦੂਰ ਜਾ ਕੇ ਇਹਨੇ ਸੁਭਾਵਾਂ 'ਚ ਹਿੱਸਾ ਲੈਂਦੇ ਨੇ ਤੇ ਬਿਲਕੁਲ ਬੜੀ ਬੜੀ ਅੱਛੀਆਂ ਰਚਨਾਵਾਂ ਹੁਣ ਤੱਕ ਮੇਰੇ ਖਿਆਲ 'ਚ ਸ਼ਾਇਦ ਸੁਰ ਸੰਗਮ ਨੇ ਪੰਜ ਸੱਤ ਘੱਟੋ ਘੱਟ ਪੰਜ ਛੇ ਕਾਵਿ ਸੰਗ੍ਰਹਿ ਸਾਂਝੇ ਜਿਹੜੇ ਨੇ ਮਤਲਬ ਜੀ ਜੀ ਇਹ ਕੀਤੇ ਛਾਪਦੇ ਨੇ, ਹਾਂਜੀ ਬੜੀ ਵੱਡੀ ਹਿੰਮਤ ਹੈ। ਜੀ ਜੀ ਬਿਲਕੁਲ ਬਿਲਕੁਲ ਔਰ ਜੀ ਜਿੰਨਾ ਕੰਮ ਇਹ ਸਾਡੇ ਬਾਹਰ ਬਾਹਰ ਲਿਖ ਕਰਦੇ ਪਏ ਨਾ, ਮੈਂ 4 ਮਹੀਨੇ ਕੈਨੇਡਾ ਵਿੱਚ ਵੀ ਰਹਿ ਕੇ ਆਇਆ, ਹਾਂਜੀ ਇਕਬਾਲ ਮਾਹਲ ਤੇ ਮਾਮਾ ਨਜ਼ਮੀ ਮੈਂ ਉੱਥੇ ਸੁਣੇ। ਠੀਕ ਹੈ। ਜਿੰਨਾ ਸਾਡੇ ਪੰਜਾਬੀ ਦੀ ਉੱਨਤੀ ਪ੍ਰਫੁੱਲਤ ਜਿਹੜੀ ਬਾਹਰ ਹੋ ਰਹੀ ਹੈ ਨਾ, ਉਨੀ ਪੰਜਾਬ ਦੀ ਪੰਜਾਬ ਤੋਂ ਕਿਤੇ ਵੱਧ ਹੈ। ਠੀਕ ਹੈ ਨਾ। ਮੈਂ ਦੂਸਰੀ ਦੂਸਰੀ ਗੱਲ ਇਹ ਸਮਝ ਲਓ ਵੀ ਜਿਹੜੇ ਨਵੇਂ ਨਵੇਂ ਸਕੂਲ ਜਿਹੜੇ ਨੇ ਜਿਹਨਾਂ ਵਿੱਚ ਇੰਗਲਿਸ਼ ਦੇ ਵਿੱਚ ਸਵੇਰੇ ਗੁੱਡ ਮਾਰਨਿੰਗ ਦੀ ਸਵਾਹ ਹੋਰ ਕੁਛ ਨਹੀਂ ਕਹਿਣ ਨੂੰ ਉਹ ਕਹਿਣ ਦਿੰਦੇ, ਇੱਥੇ ਇਹ ਨਹੀਂ ਖੁੱਲ੍ਹ ਹੈ ਵੀ ਸਾਡੇ ਪੰਜਾਬੀ ਲੋਕ ਬੜੇ ਬੜੇ ਥਾਵਾਂ 'ਤੇ ਜਾ ਕੇ ਬੜਾ ਬੜਾ ਅੱਛਾ ਅੱਛਾ ਲਿਖਦੇ ਪਏ ਹੈ ਔਰ ਵੱਧ ਤੋਂ ਵੱਧ ਜਿਹੜੀ ਸਭਾਵਾਂ ਸਾਡੀਆਂ ਕੈਨੇਡਾ ਵਿੱਚ ਨੇ ਅਮੈਰੀਕਾ ਵਿੱਚ ਨੇ। ਜੀ ਜੀ ਕਿਉਂਕਿ ਉੱਥੇ ਆਪਣੀ ਤਾਦਾਦ ਵੀ ਜ਼ਿਆਦਾ, ਇਸ ਕਰਕੇ ਸਭਾਵਾਂ ਦਾ ਹੋਣਾ ਸੁਭਾਵਕ ਜ਼ਿਆਦਾ ਹੈਗਾ। ਬਿਲਕੁਲ ਬਿਲਕੁਲ ਤੇ ਇਹ ਇਸ ਤੋਂ ਇਲਾਵਾ ਅੱਜ ਦੀ ਨੌਜਵਾਨ ਪੀੜ੍ਹੀ ਔਰ ਜੋ ਪਿਛਲਾ ਪੂਰ ਕਹਿ ਲਈਏ ਆਪਾਂ, ਇਨ ਇਹ ਹਾਂ ਸਾਹਿਤਕਾਰੀ ਵਿੱਚ ਕਿੰਨਾ ਕੁ ਫਰਕ ਆਇਆ ਹੁਣ ਤੇ ਪੁਰਾਣਿਆਂ 'ਚ? ਮੈਂ ਹੀ ਵੇਖ ਰਿਹਾ ਵੀ ਮੈਂ ਨਾ ਹੁਣ ਇੱਕ ਮੈਨੂੰ ਨਵੀਂ ਇੱਕ ਟੀਮ ਮਿਲੀ ਹੈ ਪ੍ਰਤੀਲਿਪੀ, ਪ੍ਰਤੀਲਿਪੀ ਜੀ। ਇਹਦੇ ਵਿੱਚ ਮੈਂ ਵੇਖਿਆ ਵੀ ਪੰਜਾਬੀ ਦੇ ਵਿੱਚ ਹੋਰ ਵੀ ਹਿੰਦੁਸਤਾਨ ਦੀ ਜ਼ਬਾਨਾਂ ਦੇ ਵਿੱਚ ਲੋਕ ਲਿਖਦੇ ਪਏ ਨੇ ਨੌਜਵਾਨ, ਪਰ ਜਿੰਨੇ ਕੁ ਮੈਂ ਵੇਖਿਆ ਵੀ ਜਿੰਨੇ ਮੁੰਡੇ ਥੋੜੀ ਉਮਰ ਦੇ ਬੱਚੇ ਜਿਹੜੇ ਨੇ ਉਹਦੇ ਵਿੱਚ ਕਵਿਤਾ ਲਿਖਦੇ ਵੱਲ ਨੂੰ, ਕਹਾਣੀ ਵੱਲ ਨੂੰ, ਮਿੰਨੀ ਕਹਾਣੀ ਵੱਲ ਨੂੰ ਕਹਿੰਦਾ ਰੁਝਾਨ ਵੇਖ ਕੇ ਮੈਨੂੰ ਇਹ ਬੜਾ ਇਹ ਖੁਸ਼ੀ ਹੁੰਦੀ ਹੈ ਵੀ ਅੱਜ ਤੱਕ ਇਹ ਪੰਜਾਬੀ ਜਿਹੜੀ ਹੈ ਨਾ ਸਾਡੀ ਮਾਂ ਬੋਲੀ ਹੈ ਇਹਨੂੰ ਇਹ ਗੱਲ ਆਈ ਬੈਠੇ ਨੇ। ਜੀ ਬਿਲਕੁਲ। ਤੇ ਜੇ ਅਸੀਂ ਇਹ ਗੱਲ ਕਹੀਏ ਨਾ ਵੀ ਪੰਜਾਬੀ ਤੋਂ ਅਸੀਂ ਬਿਲਕੁਲ ਦੂਰ ਹੋ ਰਹੇ ਹਾਂ, ਐਸੀ ਗੱਲ ਨਹੀਂ। ਮੇਰੇ ਘਰ ਵਿੱਚ ਮੇਰੇ ਦੋ ਇੱਥੇ ਪੋਤਰੇ ਨੇ, ਦੋਵੇਂ ਕੇਸ਼ਧਾਰੀ ਨੇ, ਘਰ ਵਿੱਚ ਦੋਵੇਂ ਪੰਜਾਬੀ ਬੋਲਦੇ ਆ ਔਰ ਬਿਲਕੁਲ ਬੜੀ ਬੜੀ ਗਾੜੀ ਗਾੜੀ ਪੰਜਾਬੀ ਪੇਂਡੂ ਪੰਜਾਬੀ ਬੋਲਦੇ ਆ, ਪੇਂਡੂ ਪੰਜਾਬੀ ਬੋਲ, ਜਿਹੜੀ ਆਪਣੀ ਪੰਜਾਬੀ ਆ। ਆਪਣੀ ਪੈ ਬੋਲਦੇ। ਹੁਣ ਮੈਂ ਉੱਧਰ ਵੇਖਣਾ ਦੂਸਰੇ ਪਾਸੇ ਉਹਨਾਂ ਨੇ ਜਾ ਕੇ ਨਾ ਉਹ ਸਾਡੇ ਪੰਜਾਬੀ ਦੇ ਸੀਰੀਅਲ ਸਾਰੇ ਵੇਖਦੇ ਆ, ਠੀਕ ਹੈ ਨਾ। ਹਾਲਾਂ ਉਹ ਬੋਲਣ ਦੇ ਵਿੱਚ ਪੂਰੀ ਜਿਹੜੀ ਇਟੈਲੀਅਨ ਬੋਲਦੇ ਆ ਉਹ ਆਪਣੇ ਆਪ ਨੂੰ ਪੰਜਾਬੀ ਨਹੀਂ ਇਟੈਲੀਅਨ ਹੀ ਸਮਝਦੇ ਆ, ਹਾਂ, ਪਰ ਘਰ ਪੈਦਾ ਇੱਥੇ ਪੰਜਾਬੀ ਹੋਏ, ਬੋਲਦੇ। ਪੈਦਾ ਇੱਥੇ ਠੀਕ। ਹੋਏ ਪਰ ਉਹ ਪੰਜਾਬੀ ਬੋਲਦੇ ਆ। ਮਾਂ ਜਿਹੜੀ ਹੈ ਉਹਨਾਂ ਦੀ, ਉਹਨੇ ਉਹਨਾਂ ਨੂੰ ਸਵੇਰੇ ਉੱਠ ਕੇ ਤੇ ਸਾਰਾ ਜਪੁਜੀ ਸਾਹਿਬ ਕਰਵਾਉਣ, ਤੇ ਮੂਲ ਮੰਤਰ ਦਾ ਪਾਠ ਉਹ ਸਵੇਰੇ ਉਹਨਾਂ ਨੂੰ ਆਪ ਕੋਲ ਬਿਠਾ ਕੇ ਤੇ ਉਹਨਾਂ ਨੂੰ ਚੇਤੇ ਕਰਾਉਂਦੀ ਹੈ, ਪੜ੍ਹਾਉਂਦੀ ਹੈ, ਯਾਦ ਕਰਾਉਂਦੀ ਹੈ। ਬਹੁਤ ਸੋਹਣੀ ਗੱਲ ਹੈ, ਕਿਉਂਕਿ ਇਹ ਤੁਹਾਡੇ ਵਰਗੇ ਜਿਹੜੇ ਸਾਹਿਤਕਾਰ ਬਹੁਤ ਸੂਖਮ ਔਰ ਸਹਿਜ ਸੁਭਾਅ ਦੇ ਤੁਸੀਂ ਮਾਲਕ ਹੋ, ਤੋ ਇਹਨਾਂ ਕਰਕੇ ਹੀ ਅੱਜ ਪੰਜਾਬੀ ਜਿਹੜੀ ਵਿਦੇਸ਼ਾਂ ਵਿੱਚ ਵੱਧਦੀ ਫੁੱਲਦੀ ਹੈਗੀ ਆ। ਤੇ ਇਸ ਤੋਂ ਇਲਾਵਾ ਇੱਕ ਸਵਾਲ ਮੇਰਾ ਇਹ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਹੈਗੇ ਆ, ਇਹ ਬਹੁਤੀ ਥਾਵਾਂ ਤੇ ਆਪਾਂ ਨੂੰ ਦੇਖਣ ਵਿੱਚ ਆਉਂਦਾ ਕਿ ਪੰਜਾਬੀ ਤੋਂ ਕੰਨੀ ਕਤਰਾ ਰਹੇ ਹੈਗੇ ਆ, ਜਾਂ ਪੰਜਾਬ ਦੀ ਜਦੋਂ ਗੱਲ ਕਰਦੇ ਹੈਗੇ ਉੱਥੇ ਬਹੁਤੇ ਇਸ ਵੇਲੇ ਮਾਡਲ ਸਕੂਲ ਆ ਗਏ, ਅੰਗਰੇਜ਼ੀ ਮੀਡੀਅਮ ਵਿੱਚ ਹੈਗੇ ਆ, ਉਹ ਪੰਜਾਬੀ ਤੋਂ ਕੰਨੀ ਕਤਰਾਉਂਦੇ, ਕੀ ਇਸ ਦੇ ਪਿੱਛੇ ਕੀ ਕਾਰਨ ਆ ਜਾਂ ਕਿਉਂ ਹੁੰਦਾ ਇਦਾਂ? ਕਾਰਨ ਸਿਰਫ ਇਹਦਾ ਇੱਕ ਹੈ ਵੀ ਸਾਡੀ ਸਰਕਾਰ ਹੈ ਨਾ ਸੋਚਣ, ਜੀ ਇਹਨਾਂ ਸਕੂਲਾਂ ਨੂੰ ਥੋੜਾ ਜਿਹਾ ਕਮਰਸ਼ਲ ਜਿਹਾ ਬਣਾ ਕੇ ਨਾ ਇਹਨਾਂ ਨੇ, ਤੇ ਇਹਦਾ ਧਿਆਨ ਜਿਹੜਾ ਮਤਲਬ ਸਾਡੇ ਸਕੂਲ ਅਸਲ ਜਿਹੜੇ ਪਿੰਡਾਂ ਦੇ ਸਕੂਲ ਨੇ ਇਹਨਾਂ ਵੱਲੋਂ ਧਿਆਨ ਘਟਾ ਕੇ ਤੇ ਉਹਨਾਂ ਵੱਲੇ ਜ਼ਿਆਦਾ ਖਿੱਚਦੇ ਫਿਰ ਰਿਹਾ। ਫਿਰ ਲੋਕਾਂ ਦੇ ਜੇ ਬਾਹਰ ਜਾਣ ਦੀ ਜਿਹੜੀ ਹੈ ਇਹ ਪ੍ਰਵਿਰਤੀ ਜਿਹੜੀ ਹੈ ਲੋਕਾਂ ਨੂੰ, ਦੌੜ ਲੱਗੀ ਕਿਉਂਕਿ ਹੋਈ ਹੈ। ਸਾਡੀ ਜਿਹੜੀ ਸਰਕਾਰ ਹੈ ਉਹ ਆਪਣੀ ਜਿਹੜੀ ਨੌਜਵਾਨੀ ਨੂੰ ਸੰਭਾਲਣ ਦੇ ਕਾਬਲ ਨਹੀਂ ਰਹੀ ਹੁਣ, ਬਿਲਕੁਲ ਉਸ ਨੂੰ ਆਪ ਇਹੋ ਜਿਹੇ ਕੰਮਾਂ ਨੂੰ ਉਤਸ਼ਾਹਿਤ ਕਰਦੀ ਹੈ, ਨਸ਼ਿਆਂ ਦਾ ਵਪਾਰ ਕਰਨਾ, ਕੋਈ ਹੋਰ ਇਹੋ ਜਿਹੇ ਘੁਟਾਲੇ ਕਰਨੇ। ਇਹਨਾਂ ਦੇ ਵਿੱਚ ਜਿਸ ਹੁਣ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਇਹਦੇ ਹਾਂਜੀ ਵਿੱਚ ਹਾਂਜੀ ਬਜਾਏ ਇਸ ਅੰਦੋਲਨ ਨੂੰ ਇਹ ਕਿਸਾਨਾਂ ਦੀ ਕੋਈ ਸੁਣਨ ਦੀ ਬਜਾਏ ਉਹਨਾਂ ਨੂੰ ਇਹ ਕੋਸ਼ਿਸ਼ ਕਰਦੇ ਪਏ ਵੀ ਇਹਨਾਂ ਨੂੰ ਫੇਲ ਕਰ ਦਈਏ ਕਿਸੇ ਇਹਨਾਂ ਨੂੰ ਤਰੀਕੇ ਫੇਲ ਨਾਲ। ਕੀਤਾ। ਜੀ, ਬਿਲਕੁਲ, ਜਦਕਿ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਕਿ ਜਿਹੜੀ ਕੋਈ ਹਾਂ ਕਿਸੇ ਦਾ ਹੀ ਪ੍ਰੋਬਲਮ ਉਹਨੂੰ ਬੈਠ ਕੇ ਸੁਲਝਾ ਕੇ ਹੱਲ ਕੀਤਾ ਜਾਵੇ, ਬੈਠ ਪਰ ਕੇ ਸੁਲਝਾਉਣਾ ਚਾਹੀਦਾ। ਇਹ ਮੇਰੇ ਖਿਆਲ ਸਾਡੀ ਵਿੱਚ ਜਿਹੜੇ ਇਹ ਕਾਲੇ ਕਾਨੂੰਨ ਲਈ ਬਣਾਈ ਫਿਰਦੇ ਨੇ ਜੇ ਇਹ ਕਾਨੂੰਨ 4 ਦਿਨ ਛੱਡ ਦੇਣ, ਇਹ ਜੀ ਜੀ ਚਲੋ ਛੱਡੇ ਇਹਨਾਂ ਨੂੰ ਜੀ ਬਿਲਕੁਲ ਤੇ ਇਹ
ਕਿਸਾਨਾਂ ਦੀ ਜਾਂ ਹੋਰ ਲੋਕਾਂ ਦੀ ਭਲਾਈ ਵੱਲ ਸੋਚਦੇ ਹਨ। ਸਾਡੇ ਕੋਲ ਬੇਰੁਜ਼ਗਾਰੀ ਹੈ ਹੋਰ ਬੜਾ ਕੁਛ ਕਰਨ ਵਾਲਾ ਲੋਕਾਂ ਦੇ ਸਾਡੇ ਸਿਆਸੀ ਬਿਲਕੁਲ ਲੋਕਾਂ ਕੋਲੋਂ, ਜੀ ਜੀ ਇਹਦੇ ਜੀ ਨੂੰ ਧਿਆਨ ਹਟਾ ਕੇ ਨਾ ਇਹ ਤੇ ਜਿਸ ਮੁਲਕ ਦੇ ਕਿਸੇ ਹਿੱਸੇ ਵਿੱਚ ਜਾ ਕੇ ਆਪਣਾ ਆਪ ਆਪਣੀ ਸੱਤਾ ਬਣਾਉਣ ਦੇ ਵਾਸਤੇ ਇਹ ਆਪਣਾ ਆਪ ਛੱਡ ਕੇ ਨਾ ਆਪਣੇ ਅਸੂਲ ਸਿੱਕੇ ਦੇ ਟੰਗ ਕੇ ਤੇ ਜੀ ਦੂਜੀ ਥਾਵਾਂ ਤੇ ਤੁਰੇ ਫਿਰਦੇ ਨੇ। ਜੀ 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 ਉਹੀ ਤੇ ਇੱਕ ਹੋਰ ਗੱਲ ਤੁਸੀਂ ਸਾਂਝੀ ਕਰਕੇ ਦੱਸਿਓ ਕਿ ਜਿਹੜੀ ਅੱਜ ਦੀ ਪੰਜਾਬੀ ਬੋਲੀ ਹੈਗੀ ਆ, ਇਸ ਨੂੰ ਹਾਂਜੀ ਪ੍ਰਫੁੱਲਤ ਕਰਨ ਦੇ ਲਈ, ਇਸ ਨੂੰ ਹੋਰ ਵਧਾਉਣ ਦੇ ਲਈ ਜਾਂ ਲੋਕਾਂ 'ਚ ਪਹੁੰਚਾਉਣ ਲਈ ਜਾਂ ਇਹਨੂੰ ਲੋਕਪ੍ਰਿਅਤ ਕਰਨ ਲਈ ਸਾਨੂੰ ਜਾਂ ਜਿਹੜੇ ਸਾਹਿਤਕਾਰ ਆ ਜਾਂ ਲੇਖਕ ਹੈਗੇ ਆ, ਉਹਨਾਂ ਨੂੰ ਕੀ ਢੁੱਕਵੇਂ ਉਪਰਾਲੇ ਕਰਨੇ ਚਾਹੀਦੇ ਇਸ ਸੰਬੰਧ ਵਿੱਚ? ਮੈਂ ਤੇ ਕਹਿਣਾ ਵੀ ਪਹਿਲੀ ਗੱਲ ਤੇ ਹੈ ਵੀ ਸਾਡੇ ਲੋਕਾਂ ਨੂੰ ਉੱਥੇ ਜਾ ਕੇ ਲੋਕਾਂ ਦੇ ਵਿੱਚ ਜਿਹੜੇ ਜਿਹੜੇ ਸਾਡੇ ਲੇਖਕ ਲੋਕ ਨੇ ਨਾ ਜੀ ਇਹਨਾਂ ਲੋਕਾਂ ਨੂੰ ਨਿਰਾਪੁਰਾ ਸੁਭਾਵਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਬਿਲਕੁਲ ਇਹ ਆਪਣੇ ਇਹ ਜਿਹੜੀ ਲਿਖਤ ਹੈ ਜਿਹੜੀ ਆਪਣੀ ਬੋਲੀ ਜਿਹੜੀ ਆ ਆਪਣੀ ਇਹ ਕਵਿਤਾਵਾਂ ਨੂੰ ਐਵੇਂ ਖੁੱਲ੍ਹੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪ੍ਰਸਾਰਨ ਕਰਨ ਵੀ ਲੋਕੀ ਨਾਲ ਖਿੱਚੇ ਜਾਣ। ਜਿਹੜੀ ਨਾਲ ਸਾਡੀ ਜੁੜ ਹੁਣ ਕਵਿਤਾ ਲਿਖੀ ਜਾਂਦੀ ਹੈ ਨਾ ਇਹਦੇ ਵਿੱਚ ਆਮ ਤੌਰ ਤੇ ਜਿਹੜੇ ਸਾਡੇ ਬੁੱਧੀਜੀਵੀ ਆਪਣੇ ਆਪ ਨੂੰ ਜ਼ਿਆਦਾ ਸਮਝਣਾ ਇਹਨਾਂ ਨੇ ਸਾਡੀ ਪੰਜਾਬੀ ਜ਼ਬਾਨ ਨੂੰ ਇੰਨਾ ਔਖਾ ਕਰਤਾ ਹੈ ਵੀ ਜੀ ਲੋਕੀ ਜਿਹਨੂੰ ਕੋਈ ਬੋਲਦਾ ਤੇ ਉਹਨੂੰ ਸਮਝਦੇ ਨਹੀਂ। ਬਿਲਕੁਲ ਜਿਹਨੂੰ ਕਿ ਸਾਡਾ ਪੱਛਮੀ ਜਿਹੜਾ ਪਾਕਿਸਤਾਨ ਹੈ ਜਿਹੜਾ ਉਹਦੇ ਜਿਹੜੀ ਸਾਡੀ ਪੰਜਾਬੀ ਬੋਲੀ ਹੈ ਉਹ ਬਹੁਤ ਠੇਠ ਹੈ ਬਹੁਤ ਹੇਟ ਹੈ। ਹਾਂਜੀ ਔਰ ਬਹੁਤ ਛੇਤੀ ਸਮਝ ਆਉਂਦੀ ਹੈ। ਜੀ ਮੈਂ ਇੱਥੇ ਜਦੋਂ ਵੀ ਕੋਈ ਵੇਖਣਾ ਨਾ ਮੈਂ ਇੱਥੇ ਯੂਰਪ 'ਚ ਰਹਿ ਕੇ ਵਿੱਚ ਜਦੋਂ ਮੈਂ ਪਾਕਿਸਤਾਨੀ ਮੈਂ ਆਪਣਾ ਦੋਸਤ ਵੇਖਣਾ ਤੇ ਮੈਨੂੰ ਇੱਦਾਂ ਲੱਗਦਾ ਵੀ ਯਾਰ ਇਹ ਬਿਲਕੁਲ ਠੇਠ ਪੰਜਾਬੀ ਬੋਲਦਾ ਪਿਆ। ਤੇ ਜਿਹੜੇ ਸਾਡੇ ਲੋਕ ਜਿਹੜੇ ਨੇ ਜਿਹਨੂੰ ਇਹ ਕਵਿਤਾ ਲਿਖਦੇ ਨੇ ਜਾਂ ਬੋਲਦੇ ਨੇ ਉਹਦੇ 'ਚ ਕੋਈ ਲਫ਼ਜ਼ ਇਹੋ ਜਿਹੇ ਨੇ ਜਿਹੜੇ ਉਹ ਆਮ ਸਮਝ ਤੋਂ ਪਰੇ ਦੇ ਲੋਕ ਨੇ ਕਈ ਮੇਰੇ ਬੱਚੇ ਪੁੱਛਣ ਲੱਗ ਪੈਂਦੇ ਮੈਨੂੰ ਜੀ 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 ਬਿਲਕੁਲ ਵੀ ਡੈਡੀ ਦੱਸੋ ਇਹਦਾ ਕੀ ਮਤਲਬ ਹੈ। ਬਿਲਕੁਲ ਪੰਜਾਬੀ ਜ਼ਬਾਨ ਜਿਹੜੀ ਹੈ ਨਾ ਇਹ ਬਹੁਤ ਸਿੱਧੀ ਸਾਦੀ ਇਹਨੂੰ ਜਿੰਨਾ ਕੁ ਸਰਲ ਨਾ ਉਹਨਾਂ ਕਰਨਾ ਚਾਹੀਦਾ ਹੈ ਜੀ 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 ਬਿਲਕੁਲ ਤਾਂ ਕਿ ਹਰ ਬੰਦੇ ਨੂੰ ਬਹੁਤ ਛੇਤੀ ਸਮਝ ਆਵੇ ਹਾਂਜੀ ਹਾਂਜੀ ਇਹਨੂੰ ਤੇ ਬਹੁਤੀ ਔਖੀ ਨਾ ਬਣਾਈ ਜਾਵੇ। ਜੀ 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 ਬਿਲਕੁਲ ਅਖੀਰ ਵਿੱਚ ਤੁਸੀਂ ਪੰਜਾਬੀ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਪੰਜਾਬੀ ਬੋਲੀ ਲਈ ਕਿਸ ਤਰੀਕੇ ਨਾਲ ਰਾਂ? ਮੈਂ ਤੇ ਇਹਨਾਂ ਪਾਠਕਾਂ ਨੂੰ ਇਹ ਗੱਲ ਕਹਾਂਗਾ ਕਿ ਪਾਠਕ ਦਾ ਤੇ ਲੇਖਕ ਦਾ ਜੀ ਆਪਸ ਦੇ ਵਿੱਚ ਚੋਲੀ ਦਾਮਨ ਦਾ ਰਿਸ਼ਤਾ ਹੁੰਦਾ ਹੈ। ਬਿਲਕੁਲ ਕਿਤਾਬਾਂ ਜਿਹੜੀਆਂ ਨੇ ਉਹ ਤੇ ਇੱਕ ਜ਼ਰੀਆ ਪੜ੍ਹਨ ਦਾ ਹੈ ਹੀ ਨੇ ਜੀ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੱਥੇ ਲੋਕ ਜਿਹੜੇ ਨੇ ਲੇਖਕ ਜਿਹੜੇ ਨੇ ਕਵੀ ਸਾਡੇ ਨੇ ਹੋਰ ਜਿਹੜੇ ਜਿੰਨੇ ਵੀ ਜਿਹੜੇ ਲਿਖਣ ਵਾਲੇ ਨੇ ਇਹਨਾਂ ਨੂੰ ਇਹੋ ਜਿਹੀ ਲਿਖਤ ਜਿਹੜੀ ਹੈ ਸਾਦੀ ਲਿਖਣੀ ਚਾਹੀਦੀ ਹੈ ਵੀ ਉਹ ਪਾਠਕ ਨਾਲ ਜੁੜ ਸਕਣ ਬਿਲਕੁਲ ਤੇ ਪਾਠਕ ਉਹਨੂੰ ਛੇਤੀ ਸਮਝ ਸਕਣ। ਉਹਨਾਂ ਜਿਹੜੇ ਨੂੰ ਸਾਡੇ ਮੀਡੀਆ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਸੀਰੀਅਲ ਜਿਹੜੇ ਹੋਣੇ ਚਾਹੀਦੇ ਨੇ ਜਿਹੜੇ ਨਿਰਾਪੁਰਾ ਜਿਹੜਾ ਸਾਡੇ ਆ ਹਥਿਆਰਾਂ ਦਾ ਜਿਹੜਾ ਇਹ ਕੰਮ ਛੱਡ ਕੇ ਨਸ਼ਿਆਂ ਦਾ ਕੰਮ ਛੱਡ ਕੇ ਚੰਗੇ ਚੰਗੇ ਜਿਹੜੇ ਅੱਛੇ ਮਤਲਬ ਸਟੈਂਡਰਡ ਦੇ ਜਿਹੜੇ ਹੈ ਪੰਜਾਬੀ ਬੋਲੀ ਨੂੰ ਪ੍ਰੋਤਸਾਹਿਤ ਕਰਨ ਵਾਲੇ ਨੇ ਉਹਨੂੰ ਬਿਲਕੁਲ ਉਤਸ਼ਾਹਿਤ ਕਰਨ ਵਾਲੇ ਜਿਹੜੇ ਨੇ ਇਹ ਸੀਰੀਅਲ ਦੇਣ। ਇੱਦਾਂ ਹੀ ਸਕੂਲਾਂ ਦੇ ਵਿੱਚ ਜਿਹੜਾ ਸਾਡਾ ਧਾਰਮਿਕ ਵਿਸ਼ੇ ਨੇ ਜਾਂ ਹੋਰ ਲੋਕ ਨੇ ਦੇਸ਼ ਭਗਤੀ ਹੈ ਬਿਲਕੁਲ ਚੰਗੇ ਚੰਗੇ ਜਿਹੜੇ ਹੈ ਸਬਜੈਕਟ ਜਿਹੜੇ ਨੇ ਉਹ ਲੋਕਾਂ ਪਾਠਕਾਂ ਦੇ ਸਾਹਮਣੇ ਰੱਖਣ ਜੀ ਤੇ ਬਿਲਕੁਲ ਪਾਠਕਾਂ ਦੇ ਵਿੱਚ ਖਿੱਚ ਪੈਦਾ ਕਰਨ। ਬਿਲਕੁਲ ਤੁਹਾਡੀ ਗੱਲ ਬਹੁਤ ਵਧੀਆ ਹੈਗੀ, ਕਿਉਂਕਿ ਅੱਜ ਦਾ ਜਿਹੜਾ ਆਪਾਂ ਨੌਜਵਾਨ ਪੀੜ੍ਹੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਅੱਜ ਹਾਂਜੀ ਦੇ ਸਾਡੇ ਗਾਣੇ ਸੁਣਦਾ ਜਿੱਦਾਂ ਦੇ ਆ ਰਹੇ ਆ, ਉਹ ਉਸੇ ਤਰੀਕੇ ਨਾਲ ਉਹਨੂੰ ਆਪਣੇ ਉੱਤੇ ਲੈਂਦਾ ਹੈਗਾ ਤੇ ਫਿਰ ਉਸੇ ਤਰੀਕੇ ਦੀਆਂ ਹਰਕਤਾਂ ਹੁੰਦੀਆਂ। ਅੱਜ ਲੋੜ ਆ ਸਾਨੂੰ ਸਮੇਂ ਨੂੰ ਕਿ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ, ਸਭ ਤੋਂ ਪਹਿਲਾਂ ਪੰਜਾਬੀ ਦੇ ਲਈ ਜੋ ਆਪਾਂ ਕਹਿ ਸਕਦੇ ਹਾਂ ਕਿ ਢੁਕਵੇਂ ਕੰਮ ਆ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਕੇ ਪੰਜਾਬੀ ਨੂੰ ਆਪਾਂ ਵਧੀਆ ਤਰੀਕੇ ਨਾਲ ਪੇਸ਼ ਬਿਲਕੁਲ ਕਰੀਏ। ਬਿਲਕੁਲ 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 ਤੁਸੀਂ ਬਿਲਕੁਲ ਸਾਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਤੁਹਾਡੀ ਗੱਲਬਾਤ ਬਹੁਤ ਸਾਂਝੀ ਮਿਹਰਬਾਨੀ ਕੀਤੀ। ਤੁਸੀਂ ਮੈਨੂੰ ਅੱਜ ਟਾਈਮ ਦਿੱਤਾ ਤੇ ਤੁਹਾਡੇ ਆਪਣੇ ਰੂਬਰੂ ਹੋਣ ਦਾ ਤੁਹਾਡੇ ਤੇ ਮੈਂ ਇਹ ਚਾਹਾਂਗਾ ਕਿ ਤੁਸੀਂ ਵੇਲੇ ਵੇਲੇ ਆਪਣਾ ਕੀਮਤੀ ਸਮਾਂ ਕੱਢ ਕੇ ਨਾ ਤੇ ਮੈਨੂੰ ਵੀ ਜ਼ਰੂਰ ਮੈਨੂੰ ਹਾਜ਼ਰੀ ਭਰਨ ਦਾ ਮੌਕਾ ਜ਼ਰੂਰ ਦਿਆ ਕਰੋ। ਤੁਹਾਡੀ ਬਹੁਤ ਮਿਹਰਬਾਨੀ ਓਕੇ ਜੀ, ਜੀ। ਸਤਿ ਸ਼੍ਰੀ ਅਕਾਲ।